ਠੀਕ ਹੋ ਬਾਈ ਜਾਨ, ਤੁਸੀਂ ਵੇਖ ਰਹੇ ਹੋ ਆਪਣਾ ਯੂਟਿਊਬ ਚੈਨਲ ਪਿੰਡਾਂ ਦੇ ਯੋਗ ਨੂੰ। ਬਾਈ ਜਾਨ, ਬਹੁਤ ਜ਼ਿਆਦਾ ਗਰਮੀ ਤੋਂ ਬਾਅਦ ਅੱਜ ਖੁਸ਼ੀ ਦਾ ਦਿਹਾੜਾ, ਕਿਉਂਕਿ ਅੱਜ ਬਾਰਿਸ਼ ਮੂਸਲਾਧਾਰ ਬਾਰਿਸ਼ ਹੋਣ ਲੱਗ ਪਈ ਅਚਾਨਕ ਹੀ। ਪਹਿਲੇ ਸੁਬਹਾ ਸੁਬਹਾ ਤਾਂ ਮਤਲਬ ਕਿ ਧੁੱਪ ਬੜੀ ਨਿਕਲੀ ਹੋਈ ਹੈ, ਉਸ ਤੋਂ ਬਾਅਦ ਹੁਣ ਬਾਰਿਸ਼ ਪੈ ਰਹੀ, ਪਿਆਰੀ ਪਿਆਰੀ ਬਾਰਿਸ਼ ਆ ਰਹੀ। ਤੁਹਾਨੂੰ ਵਿਖਾਈਆਂ ਬੜੇ ਖੂਬਸੂਰਤ ਨਜ਼ਾਰੇ, ਉੱਥੋਂ ਇੱਕ ਸਾਈਡ 'ਤੇ ਬੱਦਲ ਏ, ਇੱਕ ਸਾਈਡ 'ਤੇ ਧੁੱਪ ਏ, ਇੱਕ ਸਾਈਡ 'ਤੇ ਥੋੜ੍ਹੇ ਥੋੜ੍ਹੇ ਬੱਦਲ ਤੋਂ ਨਜ਼ਰ ਉਸ ਦਿਨ, ਉਸ ਸਾਈਡ 'ਤੇ ਧੁੱਪ ਏ ਸਾਰੀ ਉਸ ਇਲਾਕੇ ਦੀ। ਦੂਸਰੇ ਇਲਾਕੇ ਦੇ ਵਿੱਚ ਜਨਾਬ ਥੋੜ੍ਹੀ ਜਿਹੀ ਇੱਕ ਬੱਦਲ ਆਇਆ, ਉਹੀ ਫੈਲ ਗਿਆ, ਬਾਰਿਸ਼ ਆਉਣੀ ਸ਼ੁਰੂ ਹੋ ਗਈ। ਠੀਕ ਹੈ, ਇਹ ਵੇਖੋ ਸਾਡਾ ਬਰਨਾਲਾ ਬਰੀ ਬਰੀ ਕਿਵਾਂ ਦਾ ਗੱਤੀ ਹੈ। ਹੁਣ ਬਾਹਰ ਜਾ ਸਕਦਾ ਤੇ ਜਾ ਸਕਦਾ, ਪਰ ਚਲੋ ਕੋਈ ਨਹੀਂ, ਵਿਖਾਈਨੇ ਤਾਂ। ਇਹ ਦੇਖੋ ਬਾਈ ਜਾਨ, ਇਹ ਸਾਰੀ ਇਹ ਮੈਂ ਫਿਕ ਰਿਹਾ, ਇਹ ਬਾਰਿਸ਼ ਉੱਪਰ ਆ ਰਹੀ, ਇਹ ਸਾਈਡ 'ਤੇ ਬੈਕ ਸਾਈਡ 'ਤੇ ਤੁਹਾਨੂੰ ਵਿਖਾਈਨੇ ਆ, ਉਸ ਸਾਈਡ 'ਤੇ ਜਨਾਬ ਵੱਲੋਂ ਤੱਕ ਬਾਰਿਸ਼ ਕੋਈ ਨਹੀਂ, ਸਿਰਫ ਝੜ ਝੁੜੀ ਹੈ, ਬੱਦਲ ਹੀ ਹੈ, ਨਾਰਮਲ ਹੈ, ਅੱਧੀ ਅੱਧੀ ਦੋਪੇ ਅੱਧ ਦਾ ਬਾਰਿਸ਼। ਅਤੇ ਇਹ ਸਾਈਡ 'ਤੇ ਤੁਸੀਂ ਵੇਖ ਸਕੋ, ਇਸ ਸਾਈਡ 'ਤੇ ਬੱਦਲ ਨੀਲ ਕਾਲੇ ਹੋਏ ਖਲੋਤੇ ਨੇ, ਔਰ ਬਾਰਿਸ਼ ਦੇ ਦੇ ਲੱਗੀ ਖੜੀ, ਉਹ ਪਾਣੀਆਂ ਸਾੜਿਆਂ ਦੀ ਛੱਤ ਵੇਖੋ, ਅਸੀਂ ਧੂੜ ਹੀ ਧੂੜ ਹੈ ਜਿਵੇਂ ਬਾਰਿਸ਼ ਦੀ ਹੋਵੇ। ਅਤੇ ਤੁਹਾਨੂੰ ਬੈਕ ਕੈਮਰੇ ਨਾਲ ਵਿਖਾਈਨੇ ਕਿੱਡੀ ਸਪੀਡ ਨਾਲ ਬਾਰਿਸ਼ ਹੋ ਰਹੀ ਹੈ ਸਾਡੇ ਵਿਹੜੇ ਦੇ ਵਿੱਚ ਵੀ। ਸਾਡੇ ਚੈਨਲ ਨੂੰ ਯਾਰ ਜਿਹੜੇ ਨਵੇਂ ਸਬਸਕ੍ਰਾਈਬ ਕਰ ਦਿਓ, ਲਾਈਕ ਅਤੇ ਸ਼ੇਅਰ ਕਰ ਦਿਓ। ਅੱਲਾ ਦੇ ਬੰਦੇ, ਤੁਹਾਨੂੰ ਇਸ ਇਲਾਕੇ ਦਾ ਮੌਸਮ ਵੀ ਵਿਖਾਈ ਸਾਂ, ਇਲਾਕੇ ਦੇ ਖੂਬਸੂਰਤ ਸੀਨ ਵੀ ਵਿਖਾਈ ਸਾਂ, ਔਰ ਹੋ ਸਕਿਆ ਤਾਂ ਕੋਈ ਫਨੀ ਕਲਿੱਪ ਬਣਾ ਕੇ ਉਹ ਵੀ ਤੁਹਾਨੂੰ ਸ਼ੇਅਰ ਕੀਤਾ ਕਰ ਸਾਂ, ਜਿਸ ਤੋਂ ਤੁਸੀਂ ਖੁਸ਼ ਹੋ ਜਾ ਸਕੋ। ਅਤੇ ਮਿਹਰਬਾਨੀ ਕਰਨੀ ਹੈ ਯਾਰ, ਸਾਡੇ ਚੈਨਲ ਸਬਸਕ੍ਰਾਈਬ ਕਰਨਾ, ਲਾਈਕ ਔਰ ਸ਼ੇਅਰ ਕਰ ਦੇਣਾ, ਠੀਕ ਹੈ। ਅਤੇ ਵੀਡੀਓ ਪੂਰੀ ਵੇਖੀ ਕਰੋ ਯਾਰ, ਪੂਰੀ ਵੀਡੀਓ ਵੇਖ ਸਕੋ, ਤਾਂ ਮਜ਼ਾ ਉਸੀ ਨਾ ਤੁਹਾਨੂੰ, ਤੁਸੀਂ ਅੱਧੀ ਵੇਖਦੇ ਹੋ ਬਈ ਨਹੀਂ ਜੀ ਇਹਦੇ ਵਿੱਚ ਕੋਈ ਚੀਜ਼ ਨਹੀਂ ਹੈ ਅਤੇ ਤੁਸੀਂ ਛੋੜ ਦਿੰਦੇ ਹੋ, ਠੀਕ ਹੈ। ਹੁਣ ਕੋਈ ਟਾਈਮ ਵੇਸਟ ਨਹੀਂ ਕਰਨਾ, ਅਸੀਂ ਤੁਹਾਨੂੰ ਖੂਬਸੂਰਤ ਨਜ਼ਾਰਾ ਵੀ ਖਾਈਨੇ ਆ ਤਾਂ ਕਿ ਤੁਸੀਂ ਖੁਸ਼ ਹੋ ਜਾ ਸਕੋ। ਕਈਆਂ ਇਲਾਕਿਆਂ ਦੇ ਵਿੱਚ ਬਾਰਿਸ਼ ਕੋਈ ਨਹੀਂ, ਗਰਮੀ ਬਹੁਤ ਜ਼ਿਆਦਾ ਇਹਨਾਂ ਦਿਨਾਂ ਦੇ ਵਿੱਚ, ਠੀਕ ਹੈ। ਅਤੇ ਇਸ ਇਲਾਕੇ ਦੇ ਵਿੱਚ ਤਾਂ ਅੱਲਾ ਕਿਤਾ ਅੱਜ ਅੱਲਾ ਦੀ ਰਹਿਮਤ ਹੋ ਗਈ ਹੈ।